केंद्र सरकार दे खेतीबाड़ी कानूनों खिलाफ संयुक्त किसान मोर्चे वालों 24 मार्च नूं अनाज मंडी सरहिंद विखे कीती जाण वाली महाकिसान मजदूर रैली वाली थां दा फतेहगढ़ साहिब दी जिला पुलिस मुखी अमनीत कौंडल द्वारा जायजा लिया गया ते संयुक्त किसान मोर्चे दे किसान आगुआं नाल प्रबंधां संबंधी मीटिंग कीती गई। इस मौके पत्रकारां नाल गल करदिआं SSP कौंडल ने कहा कि किसान रैली दौरान सुरक्षा प्रबंधां नूं यकीनी बनाउण दे लई उन्हां द्वारा सरहिंद मंडी दा दौरा कीता गया है अते उन्हां दी टीम वालों पार्किंगां अते होर अगेते प्रबंधां लई किसान ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿਸਾਨ ਮਹਾਂ ਰੈਲੀ ਨੂੰ ਬਖੂਬੀ ਨੇਪਰੇ ਚੜਿਆ ਜਾ ਸਕੇ। ਇਸ ਮੌਕੇ ਉਹਨਾਂ ਕਿਸਾਨਾਂ ਨੂੰ COVID-19 ਤੋਂ ਬਚਾਅ ਲਈ ਸਿਹਤ ਵਿਭਾਗਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਲਈ ਵੀ ਕਿਹਾ ਗਿਆ। ਬਿਊਰੋ ਰਿਪੋਰਟ 0 Line TV। 24 ਤਰੀਕ ਨੂੰ ਅਨਾਜ ਮੰਡੀ ਸਰਹੰਦ ਚ ਇੱਕ ਕਿਸਾਨ ਮਹਾਂ ਪੰਚਾਇਤ ਪਲਾਨ ਕੀਤੀ ਗਈ ਹੈ। ਅੱਜ ਮੈਂ ਔਰ ਮੇਰੀ ਫਤਿਹਗੜ੍ਹ ਪੁਲਿਸ ਦੀ ਟੀਮ ਅਸੀਂ ਸਪੋਟ ਵਿਜ਼ਿਟ ਕਰਨ ਆਏ ਸੀ ਆਪਣੇ ਸਿਕਿਉਰਿਟੀ ਐਂਗਲ ਤੋਂ ਕਿ ਅਸੀਂ ਸਿਕਿਉਰਿਟੀ ਅਰੇਂਜਮੈਂਟਸ ਕਰਨੇ ਪਲੱਸ ਇਹਨਾਂ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਹੈ ਪਲੱਸ ਉਹਨਾਂ ਨਾਲ ਡਿਸਕਸ਼ਨ ਵੀ ਕੀਤੀ ਹੈ ਵੀ ਕੋਵਿਡ ਨੂੰ ਜ਼ਰੂਰ ਧਿਆਨ 'ਚ ਰੱਖੋ ਤੁਸੀਂ ਆਪਣੇ ਵੱਲੋਂ ਵੀ ਅਪੀਲ ਕਰੋ ਕਿ ਸਾਰੇ ਸੋਸ਼ਲ ਡਿਸਟੈਂਸ ਰੱਖਣ ਮਾਸਕ ਜ਼ਰੂਰ ਪਾ ਕੇ ਆਉਣ ਐਂਡ ਇਹਨਾਂ ਨੇ ਵੀ ਸਾਨੂੰ ਅਸ਼ੋਰ ਕੀਤਾ ਕਿ ਅਸੀਂ ਹੁਣ ਤੋਂ ਹੀ ਸਾਰਿਆਂ ਨੂੰ ਅਪੀਲ ਕਰਾਂਗੇ ਐਂਡ ਵੀ ਵਿਲ ਟ੍ਰਾਈ ਆਰ ਬੈਸਟ ਕਿ ਸੋਸ਼ਲ ਡਿਸਟੈਂਸਿੰਗ ਫੋਲੋ ਹੋਏ। ਮੈਮ ਕਿੰਨੀ ਪਾਰਕਿੰਗ ਦੀ ਜਿਹੜੀ ਬਣਾਈ ਗਈ ਹੈ? ਪਾਰਕਿੰਗ ਜੀ ਅਸੀਂ ਹੁਣ ਦੇਖ ਹੀ ਰਹੇ ਹਾਂ ਇਹਨਾਂ ਤੋਂ ਪੁੱਛਿਆ ਵੀ ਤੁਸੀਂ ਕਿੰਨਾ ਐਕਸਪੈਕਟ ਕਰ ਰਹੇ ਹੋ ਅਤੇ ਮੇਰੀ ਟੀਮ ਉਹੀ ਸਾਰਾ ਚੈੱਕ ਕਰੇਗੀ ਕਿਉਂਕਿ ਇੱਥੇ ਏਰੀਆ ਦੇ ਕੋਈ ਇਸ਼ੂ ਨਹੀਂ।